ਨੌਜਵਾਨ ਦਾ ਹਾਈ ਵੋਲਟੇਜ ਡਰਾਮਾ, ਜਾਇਦਾਦ ਚੋਂ ਨਹੀਂ ਮਿਲਿਆ ਹਿੱਸਾ ਤਾਂ ਸਿੱਧਾ ਟੈਂਕੀ ਤੇ ਜਾ ਚੜਿਆ ਸ਼ਖਸ। ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸ਼ਖਸ ਪਾਣੀ ਦੀ ਟੈਂਕੀ ਤੇ ਜਾ ਚੜਿਆ ਹੈ। ਹਾਲਾਂਕਿ ਜਦ ਇਸ ਸ਼ਖਸ ਨੂੰ ਆਲੇ ਦੁਆਲੇ ਦੇ ਲੋਕਾਂ ਨੇ ਦੇਖਿਆ ਕਿ ਉਹ ਟੈਂਕੀ ਤੇ ਜਾ ਖਲੋਤਾ ਹੈ ਤਾਂ ਪਿੰਡ 'ਚ ਰੌਲਾ ਪੈ ਗਿਆ, ਹਫੜਾ ਦਫੜੀ ਮੱਚ ਗਈ ਅਤੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ 'ਤੇ ਹੀ ਪੁਲਿਸ ਦੀ ਟੀਮ ਉੱਥੇ ਪਹੁੰਚ ਗਈ। ਹਾਲਾਂਕਿ ਇਸ ਸ਼ਖਸ ਦਾ ਕਹਿਣਾ ਹੈ ਕਿ ਉਸਦੇ ਪਿਤਾ ਦੇ ਵੱਲੋਂ ਦੋ ਵਿਆਹ ਕਰਵਾਏ ਗਏ ਨੇ ਅਤੇ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਦੂਸਰੀ ਪਤਨੀ ਤੋਂ ਉਹਨਾਂ ਨੂੰ ਦੋ ਬੱਚੇ ਹੋਏ, ਜਿਸ ਤੋਂ ਬਾਅਦ ਹੁਣ ਉਸਦੇ ਪਿਤਾ ਨੇ ਉਸਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ। ਹਾਲਾਂਕਿ ਇਸ ਸ਼ਖਸ ਦੇ ਵੱਲੋਂ ਜਾਇਦਾਦ 'ਚੋਂ ਹਿੱਸੇ ਦੀ ਜਦ ਮੰਗ ਕੀਤੀ ਗਈ ਤਾਂ ਇਸਦੇ ਪਿਓ ਦੇ ਵੱਲੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਇਸ ਨੌਜਵਾਨ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਅਤੇ ਇਸਦਾ ਹਾਈ ਵੋਲਟੇਜ ਡਰਾਮਾ ਕਈ ਘੰਟਿਆਂ ਤੱਕ ਚੱਲਦਾ ਰਿਹਾ। ਹਾਲਾਂਕਿ ਸਥਾਨਕ ਲੋਕਾਂ ਨੇ ਅਤੇ ਪੁਲਿਸ ਪ੍ਰਸ਼ਾਸਨ ਨੇ ਵੀ ਇਹਨੂੰ ਬਥੇਰਾ ਸਮਝਾਇਆ ਪਰ ਇਹ ਆਪਣੀ ਗੱਲ ਤੋਂ ਟਸ ਤੋਂ ਮਸ ਨਹੀਂ ਹੋਇਆ। ਹਾਲਾਂਕਿ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿ ਸ਼ਖਸ ਪਾਣੀ ਦੀ ਟੈਂਕੀ 'ਤੇ ਜਾ ਖਲੋਤਾ ਹੈ ਅਤੇ ਨਾਲ ਹੇਠਾਂ ਜੋ ਪੁਲਿਸ ਕਰਮੀ ਨੇ ਜਾਂ ਸਥਾਨਕ ਲੋਕ ਨੇ ਉਹ ਖੜ੍ਹੇ ਨੇ ਅਤੇ ਉਹਨਾਂ ਦੇ ਵੱਲੋਂ ਇਸ ਨੂੰ ਵਾਰ ਵਾਰ ਸਮਝਾਇਆ ਜਾ ਰਿਹਾ ਕਿ ਹੇਠਾਂ ਆ ਜਾਏ। ਹਾਲਾਂਕਿ ਸ਼ਖਸ ਦਾ ਕਹਿਣਾ ਸੀ ਕਿ ਮੈਂ ਆਪਣੇ ਪਿਓ ਤੋਂ ਜਦ ਵੀ ਜਾਇਦਾਦ 'ਚੋਂ ਹਿੱਸੇ ਦੀ ਮੰਗ ਕੀਤੀ ਤਾਂ ਉਹਨਾਂ ਦੇ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਅਤੇ ਦੋਹਾਂ ਪਿਓ ਪੁੱਤ ਦੇ ਵਿਚਾਲੇ ਜਾਇਦਾਦ ਨੂੰ ਲੈ ਕੇ ਤਕਰਾਰ ਚੱਲ ਰਿਹਾ ਸੀ। ਹਾਲਾਂਕਿ ਪੁਲਿਸ ਦੇ ਲੱਖ ਸਮਝਾਉਣ ਤੋਂ ਬਾਅਦ ਇਹ ਸ਼ਖਸ ਕਈ ਘੰਟਿਆਂ ਬਾਅਦ ਟੈਂਕੀ ਤੋਂ ਹੇਠਾਂ ਆਇਆ ਪਰ ਇਸਦਾ ਜੋ ਇਹ ਹਾਈ ਵੋਲਟੇਜ ਡਰਾਮਾ ਸੀਗਾ ਉਹ ਕਈ ਘੰਟਿਆਂ ਤੱਕ ਚੱਲਦਾ ਰਿਹਾ ਅਤੇ ਸਥਾਨਕ ਲੋਕ ਵੀ ਉੱਥੇ ਇਕੱਠੇ ਹੁੰਦੇ ਰਹੇ। ਹਾਲਾਂਕਿ ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਜਾਇਦਾਦ 'ਚੋਂ ਹਿੱਸਾ ਨਾ ਮਿਲਣ 'ਤੇ ਸ਼ਖਸ ਪਾਣੀ ਦੀ ਟੈਂਕੀ 'ਤੇ ਜਾ ਚੜਿਆ ਹੈ। ਮੇਰੇ ਬਾਪੂ ਨੇ ਦੋ ਮੈਰਿਜਾਂ ਕਰਵਾਈਆਂ ਸੀਗੀਆਂ ਜੀ। ਮੇਰੇ ਬਾਪੂ ਨੂੰ ਇੱਕ ਮੈਰਿਜ ਦੇ ਵਿੱਚੋਂ ਪਹਿਲੀ ਵਾਲੀ 'ਚੋਂ ਮੈਂ ਸੀ, ਮੰਮੀ ਦੀ ਡੈਥ ਹੋ ਗਈ ਜੀ, ਨਾ ਉਹਨਾਂ ਨੇ ਮਾਰਿਆ ਮੇਰੀ ਮਾਂ ਨੂੰ ਨਾ ਮੈਂ ਮਾਰਿਆ ਜੀ। ਉਦੋਂ ਬਾਅਦ ਉਹਨਾਂ ਨੇ ਮੈਰਿਜ ਕਰਵਾਈ, ਉਹਦੇ 'ਚ ਦੋ ਬੱਚੇ ਆ ਜੀ, ਮੇਰੇ ਹੀ ਮੈਰਿਜ ਹੋਈ ਜੀ, ਮੈਂ ਆਪਦੀ ਮੈਰਿਜ ਕਰਵਾਈ, ਸਾਰੇ ਰਜਾਮੰਦੀ ਨਾਲ ਮੇਰੇ ਬਾਪੂ ਦੀ ਮੈਰਿਜ ਹੋਈ ਜੀ। ਹੁਣ ਸਾਨੂੰ ਘਰ ਦੇ ਵਿੱਚੋਂ ਬਾਹਰ ਕੱਢਦੇ ਆ ਜੀ, ਕਹਿੰਦੇ ਵੀ ਅਸੀਂ ਤੁਹਾਨੂੰ ਹਿੱਸਾ ਨਹੀਂ ਦੇਣਾ। ਤਾਂ ਮੇਰੀ ਮੰਗ ਇਹੀ ਹੈ ਵੀ ਮੈਂ ਕੋਈ ਜ਼ਿਆਦਾ ਵੱਧ ਨਹੀਂ ਮੰਗਦਾ, ਮੈਂ ਬਾਪੂ ਮੇਰਾ ਜੀ, ਮੈਂ ਕੋਈ ਜ਼ਿਆਦਾ ਵਾਧੂ ਨਹੀਂ ਮੰਗਦਾ। ਪੰਚਾਇਤ ਦੋ ਪਿੰਡਾਂ ਦੀ ਪੰਚਾਇਤ ਚਲੀ ਜਾਈ ਜੀ, ਜਿੰਨਾ ਮੇਰਾ ਹਿੱਸਾ ਬਣਦਾ, ਘਰ ਦਾ ਹਿੱਸਾ ਵੇਖ ਲੈਣ, ਥਾਂ ਵੇਖ ਲੈਣੀ, ਜ਼ਮੀਨ ਹੈ ਜੀ, ਜਿੰਨਾ ਮੈਨੂੰ ਹਿੱਸੇ ਦੀ ਮੈਨੂੰ ਆਉਂਦੀ ਹੈ ਜੀ ਮੈਨੂੰ ਦੇ ਦੇਣ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਮੈਨੂੰ ਇਨਸਾਫ਼ ਚ ਇਹ ਮੰਗ ਕਰਨਾ ਜੀ, ਮੈਨੂੰ ਮੇਰਾ ਇਨਸਾਫ਼ ਮਿਲ ਜੇ ਜੀ, ਠੀਕ ਹੈ ਜੀ, ਮੈਂ ਸੰਤੋਸ਼। ਨੌਜਵਾਨ ਦਾ ਹਾਈ ਵੋਲਟੇਜ ਡਰਾਮਾ, ਜਾਇਦਾਦ 'ਚੋਂ ਨਹੀਂ ਮਿਲਿਆ ਹਿੱਸਾ ਤਾਂ ਸਿੱਧਾ ਟੈਂਕੀ 'ਤੇ ਜਾ ਚੜਿਆ ਸ਼ਖਸ। ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸ਼ਖਸ ਪਾਣੀ ਦੀ ਟੈਂਕੀ 'ਤੇ ਜਾ ਚੜਿਆ ਹੈ। ਹਾਲਾਂਕਿ ਜਦ ਇਸ ਸ਼ਖਸ ਨੂੰ ਆਲੇ ਦੁਆਲੇ ਦੇ ਲੋਕਾਂ ਨੇ ਦੇਖਿਆ ਕਿ ਉਹ ਟੈਂਕੀ 'ਤੇ ਜਾ ਖਲੋਤਾ ਹੈ ਤਾਂ ਪਿੰਡ 'ਚ ਰੌਲਾ ਪੈ ਗਿਆ, ਹਫੜਾ ਦਫੜੀ ਮੱਚ ਗਈ ਅਤੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ 'ਤੇ ਹੀ ਪੁਲਿਸ ਦੀ ਟੀਮ ਉੱਥੇ ਪਹੁੰਚ ਗਈ। ਹਾਲਾਂਕਿ ਇਸ ਸ਼ਖਸ ਦਾ ਕਹਿਣਾ ਹੈ ਕਿ ਉਸਦੇ ਪਿਤਾ ਦੇ ਵੱਲੋਂ ਦੋ ਵਿਆਹ ਕਰਵਾਏ ਗਏ ਨੇ ਅਤੇ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਦੂਸਰੀ ਪਤਨੀ ਤੋਂ ਉਹਨਾਂ ਨੂੰ ਦੋ ਬੱਚੇ ਹੋਏ, ਜਿਸ ਤੋਂ ਬਾਅਦ ਹੁਣ ਉਸਦੇ ਪਿਤਾ ਨੇ ਉਸਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ। ਹਾਲਾਂਕਿ ਇਸ ਸ਼ਖਸ ਦੇ ਵੱਲੋਂ ਜਾਇਦਾਦ 'ਚੋਂ ਹਿੱਸੇ ਦੀ ਜਦ ਮੰਗ ਕੀਤੀ ਗਈ ਤਾਂ ਇਸਦੇ ਪਿਓ ਦੇ ਵੱਲੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਇਸ ਨੌਜਵਾਨ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਅਤੇ ਇਸਦਾ ਹਾਈ ਵੋਲਟੇਜ ਡਰਾਮਾ ਕਈ ਘੰਟਿਆਂ ਤੱਕ ਚੱਲਦਾ ਰਿਹਾ। ਹਾਲਾਂਕਿ ਸਥਾਨਕ ਲੋਕਾਂ ਨੇ ਅਤੇ ਪੁਲਿਸ ਪ੍ਰਸ਼ਾਸਨ ਨੇ ਵੀ ਇਹਨੂੰ ਬਥੇਰਾ ਸਮਝਾਇਆ ਪਰ ਇਹ ਆਪਣੀ ਗੱਲ ਤੋਂ ਟਸ ਤੋਂ ਮਸ ਨਹੀਂ ਹੋਇਆ। ਹਾਲਾਂਕਿ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿ ਸ਼ਖਸ ਪਾਣੀ ਦੀ ਟੈਂਕੀ 'ਤੇ ਜਾ ਖਲੋਤਾ ਹੈ ਅਤੇ
ਨਾਲ ਹੇਠਾਂ ਜੋ ਪੁਲਿਸ ਕਰਮੀ ਨੇ ਜਾਂ ਸਥਾਨਕ ਲੋਕ ਨੇ ਉਹ ਖੜ੍ਹੇ ਨੇ ਅਤੇ ਉਹਨਾਂ ਦੇ ਵੱਲੋਂ ਇਸ ਨੂੰ ਵਾਰ ਵਾਰ ਸਮਝਾਇਆ ਜਾ ਰਿਹਾ ਕਿ ਹੇਠਾਂ ਆ ਜਾਏ। ਹਾਲਾਂਕਿ ਸ਼ਖਸ ਦਾ ਕਹਿਣਾ ਸੀ ਕਿ ਮੈਂ ਆਪਣੇ ਪਿਓ ਤੋਂ ਜਦ ਵੀ ਜਾਇਦਾਦ 'ਚੋਂ ਹਿੱਸੇ ਦੀ ਮੰਗ ਕੀਤੀ ਤਾਂ ਉਹਨਾਂ ਦੇ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਅਤੇ ਦੋਹਾਂ ਪਿਓ ਪੁੱਤ ਦੇ ਵਿਚਾਲੇ ਜਾਇਦਾਦ ਨੂੰ ਲੈ ਕੇ ਤਕਰਾਰ ਚੱਲ ਰਿਹਾ ਸੀ। ਹਾਲਾਂਕਿ ਪੁਲਿਸ ਦੇ ਲੱਖ ਸਮਝਾਉਣ ਤੋਂ ਬਾਅਦ ਇਹ ਸ਼ਖਸ ਕਈ ਘੰਟਿਆਂ ਬਾਅਦ ਟੈਂਕੀ ਤੋਂ ਹੇਠਾਂ ਆਇਆ, ਪਰ ਇਸਦਾ ਜੋ ਇਹ ਹਾਈ ਵੋਲਟੇਜ ਡਰਾਮਾ ਸੀਗਾ ਉਹ ਕਈ ਘੰਟਿਆਂ ਤੱਕ ਚੱਲਦਾ ਰਿਹਾ ਅਤੇ ਸਥਾਨਕ ਲੋਕ ਵੀ ਉੱਥੇ ਇਕੱਠੇ ਹੁੰਦੇ ਰਹੇ। ਹਾਲਾਂਕਿ ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਜਾਇਦਾਦ 'ਚੋਂ ਹਿੱਸਾ ਨਾ ਮਿਲਣ 'ਤੇ ਸ਼ਖਸ ਪਾਣੀ ਦੀ ਟੈਂਕੀ 'ਤੇ ਜਾ ਚੜਿਆ ਹੈ। ਮੇਰੇ ਬਾਪੂ ਨੇ ਦੋ ਮੈਰਿਜਾਂ ਕਰਵਾਈਆਂ ਸੀਗੀਆਂ ਜੀ। ਮੇਰੇ ਬਾਪੂ ਨੂੰ ਇੱਕ ਮੈਰਿਜ ਦੇ ਵਿੱਚੋਂ ਪਹਿਲੀ ਵਾਲੀ 'ਚੋਂ ਮੈਂ ਸੀ, ਮੰਮੀ ਦੀ ਡੈਥ ਹੋ ਗਈ ਜੀ, ਨਾ ਉਹਨਾਂ ਨੇ ਮਾਰਿਆ ਮੇਰੀ ਮਾਂ ਨੂੰ ਨਾ ਮੈਂ ਮਾਰਿਆ ਜੀ। ਉਦੋਂ ਬਾਅਦ ਉਹਨਾਂ ਨੇ ਮੈਰਿਜ ਕਰਵਾਈ, ਉਹਦੇ 'ਚ ਦੋ ਬੱਚੇ ਆ ਜੀ, ਮੇਰੇ ਹੀ ਮੈਰਿਜ ਹੋਈ ਜੀ, ਮੈਂ ਆਪਦੀ ਮੈਰਿਜ ਕਰਵਾਈ, ਸਾਰੇ ਰਜਾਮੰਦੀ ਨਾਲ ਮੇਰੇ ਬਾਪੂ ਦੀ ਮੈਰਿਜ ਹੋਈ ਜੀ। ਹੁਣ ਸਾਨੂੰ ਘਰ ਦੇ ਵਿੱਚੋਂ ਬਾਹਰ ਕੱਢਦੇ ਆ ਜੀ, ਕਹਿੰਦੇ ਵੀ ਅਸੀਂ ਤੁਹਾਨੂੰ ਹਿੱਸਾ ਨਹੀਂ ਦੇਣਾ। ਤਾਂ ਮੇਰੀ ਮੰਗ ਇਹੀ ਹੈ ਵੀ ਮੈਂ ਕੋਈ ਜ਼ਿਆਦਾ ਵੱਧ ਨਹੀਂ ਮੰਗਦਾ, ਮੈਂ ਬਾਪੂ ਮੇਰਾ ਜੀ, ਮੈਂ ਕੋਈ ਜ਼ਿਆਦਾ ਵਾਧੂ ਨਹੀਂ ਮੰਗਦਾ। ਪੰਚਾਇਤ ਦੋ ਪਿੰਡਾਂ ਦੀ ਪੰਚਾਇਤ ਚਲੀ ਜਾਏ ਜੀ, ਜਿੰਨਾ ਮੇਰਾ ਹਿੱਸਾ ਬਣਦਾ, ਘਰ ਦਾ ਹਿੱਸਾ ਵੇਖ ਲੈਣ, ਥਾਂ ਵੇਖ ਲੈਣੀ, ਜ਼ਮੀਨ ਹੈ ਜੀ, ਜਿੰਨਾ ਮੈਨੂੰ ਹਿੱਸੇ ਦੀ ਮੈਨੂੰ ਆਉਂਦੀ ਹੈ ਜੀ, ਮੈਨੂੰ ਦੇ ਦੇਣ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਮੈਨੂੰ ਇਨਸਾਫ਼ 'ਚ ਇਹ ਮੰਗ ਕਰਨਾ ਜੀ, ਮੈਨੂੰ ਮੇਰਾ ਇਨਸਾਫ਼ ਮਿਲ ਜਾਏ ਜੀ, ਠੀਕ ਹੈ ਜੀ, ਮੈਂ ਸੰਤੁਸ਼ਟ।